ਡੇ ਨੰਬਰ ਸੈਕਿੰਡ ਸਟਾਰਟ ਹੋ ਰਿਹਾ ਸਾਡਾ ਵੀ ਆਰ ਰੈਡੀ ਫਰੋਮ ਅਵਰ ਰੂਮਸ ਯੈਸ ਲੈਟ ਅਸ ਐਕਸਪਲੋਰ ਮੋਰ ਜੈਪੁਰ ਕਮ ਔਨ ਕਮ ਔਨ ਵੀ ਆਰ ਹੁਣ ਅਸੀਂ ਬ੍ਰੇਕਫਾਸਟ ਪੋਹਾ ਹਾਂਜੀ ਅਸੀਂ ਜੈਪੁਰ ਪਹੁੰਚ ਗਏ ਅੱਜ ਸ਼ੀਸ਼ ਮਹਿਲ ਸੈਕਿੰਡ ਡੇ ਦਾ ਫਸਟ ਟ੍ਰਿਪ ਹਾਂਜੀ ਫਿਰ ਅਸੀਂ ਇਹ ਪੱਪਟ ਸ਼ੋਅ ਦੇਖਿਆ ਗੁੱਡੀਆਂ ਦਾ ਨਾਚ ਗੁੱਡੀਆਂ ਸਾਡੇ ਕੋਲ ਵੀ ਸੀ ਵੈਸੇ ਫਿਰ ਵੀ ਅਸੀਂ ਆਖ ਦੇਖ ਹੀ ਲਓ ਦੇਖ ਕੇ ਬਣਾਏ ਅਤੇ ਕਿਵੇਂ ਬੈਠੇ ਬੱਚੇ ਆਪਣੇ ਰਸ਼ ਬਹੁਤ ਸੀ ਉਹਨਾਂ ਨੇ ਮਾਰਿਆ ਸੱਪ ਚਲਾ ਕੇ ਅਤੇ ਆ ਸਾਡੀ ਰਾਣੀ ਡਰ ਹੀ ਗਈ ਸੱਪ ਤੋਂ ਉਹ ਡਰਾਉਂਦੇ ਵੀ ਸੀ ਵਿੱਚ ਸੱਪ ਫਿਰ ਅਸੀਂ ਜਾਦੂ ਦੇਖਿਆ ਬਾਲ ਥਰੈਡ ਵਾਲਾ ਜਾਦੂ ਬੜਾ ਵਧੀਆ ਸੀ ਇਹ ਵੀ ਦੇਖੋ ਸਾਡੀ ਸਾਰਾ ਕਰੂ ਮੈਂਬਰ ਟੀਮਮੇਟਸ ਰਲ ਕੇ ਜਾਦੂ ਦਾ ਸ਼ੋਅ ਦੇਖ ਰਹੇ ਆ ਪਰ ਉਹ ਸਾਡਾ ਜਿਹੜਾ ਜਵਾਕ ਨਾ ਜਿਹੜਾ ਸਾਈਡ 'ਤੇ ਆ ਦੇਖੀ ਜਾਂਦਾ ਇਹ ਕਹਿੰਦਾ ਮੈਂ ਵੀ ਵੇਟ ਕਰਨਾ ਹੈ ਬੜੇ ਧਿਆਨ ਨਾਲ ਦੇਖ ਰਿਹਾ ਆ ਜੂੜੀ ਮਾਸਟਰ ਸਾਡਾ ਹਰਗੁਰਦਾਸ ਸਿੰਘ ਦਿਓਲ ਹਾਂ ਪਹੁੰਚ ਗਏ ਸਰਦਾਰ ਸਾਹਿਬ ਕਹਿੰਦਾ ਮੈਨੂੰ ਵੀ ਕਰਕੇ ਦਿਖਾਓ ਫੂਕ ਮਾਰੂਗਾ ਤੇ ਬੋਲ ਜਿਹੜੀ ਵਿੱਚ ਵੈਰੀ ਗੁੱਡ ਨਹੀਂ ਪਤਾ ਲੱਗਿਆ ਸਰਦਾਰ ਸਾਹਿਬ ਫਿਰ ਅੱਖਾਂ ਚਮਕਾਉਂਦੇ ਵਾਪਸ ਆਉਂਦੇ ਲਓ ਜੀ ਸਤਵੰਤ ਤੇ ਮੈਡਮ ਅਮਰਜੋਤ ਕਹਿੰਦੇ ਅਸੀਂ ਕੰਬਾਈਨ ਹੱਥ ਵਾਲਾ ਵੈਕਸ ਹੈਂਡ ਬਣਾਉਣਾ ਤਾਂ ਕਿ ਯਾਦ ਬਣੀ ਰਹੇ ਸਾਡੇ ਜੋਧਪੁਰ ਟ੍ਰਿਪ ਦੀ ਜੈਪੁਰ ਟ੍ਰਿਪ ਦੀ ਸੋਰੀ ਨਾਲੇ ਤੁਸੀਂ ਵੀ ਐਕਸਪੀਰੀਅੰਸ ਕਰੋ ਕਿਵੇਂ ਬਣਾਉਂਦੇ ਆ ਵੈਕਸ ਹੈਂਡ ਹਾਂਜੀ ਅੱਜ ਅਸੀਂ ਦੂਸਰੇ ਸਪੋਟ 'ਤੇ ਆ ਚੁੱਕੇ ਹਾਂ ਜੈਗੜ੍ਹ ਦਾ ਕਿਲਾ ਇਹ ਮੇਰੇ ਕਰੂ ਮੈਂਬਰ ਟੀਮ ਮੈਂਬਰ ਗੋਗਲਸ ਨਹੀਂ ਲੈਣੀਆਂ ਜੀ ਆਲਰੇਡੀ ਪਹਿਲਾਂ ਹੀ ਲੈਣੀਆਂ ਬਹੁਤ
ਬਾਅਦ ਦੇ ਵਿੱਚ ਅਸੀਂ ਆ ਕੇ ਸੌਂ ਗਏ ਸੀ ਹੋਟਲ ਦੇ ਵਿੱਚ, ਤਬੀਅਤ ਥੋੜ੍ਹੀ ਖਰਾਬ ਹੋ ਗਈ ਜ਼ਿਆਦਾ ਹੀ। ਫਿਰ ਅਸੀਂ ਸ਼ਾਮ ਨੂੰ ਚੌਖੀ ਢਾਣੀ ਪਹੁੰਚੇ, ਵੈਲਕਮ ਕੀਤਾ ਉਹਨਾਂ ਨੇ ਡਾਂਸ ਕਰਦੇ ਹੋਏ। ਇੱਥੇ 3 ਘੰਟੇ 11 ਵਜੇ ਤੱਕ ਸ਼ਾਮ ਤੱਕ ਅਸੀਂ ਸਪੈਂਡ ਕੀਤਾ, ਬੜਾ ਵਧੀਆ ਨਜ਼ਾਰਾ ਸੀ ਇਹ ਵੀ। ਆਹ ਦੇਖੋ ਸਤਵੰਤ ਬ੍ਰਦਰ ਵੀ ਡਾਂਸ ਕਰਦੇ ਹੋਏ, ਪੂਰਾ ਫੰਕਸ਼ਨ ਕੀਤਾ ਸੀ ਇੱਥੇ, ਥਕਾਵਟ ਬਹੁਤ ਹੋ ਗਈ ਸੀ। ਦੇਖੋ ਲੁੱਡੀਆਂ ਪਾਉਂਦੇ ਹੋਏ, ਵੈਰੀ ਗੁੱਡ, ਆਹ ਵੈਰੀ ਗੁੱਡ। ਉਸ ਤੋਂ ਬਾਅਦ ਬੱਚਿਆਂ ਨੂੰ ਝੂਲੇ ਦਵਾਏ, ਆਹ ਦੇਖੋ ਅੰਗਰੇਜ਼ਾਂ ਨਾਲ ਝੂਲੇ ਲੈਂਦਾ ਹੋਇਆ ਮੇਰਾ ਬੇਟਾ, ਆਹ ਨਿਮਰਤ ਬੇਟੀ, ਅਸੀਂ ਸਾਈਡ 'ਤੇ ਦੇਖਦੇ ਹੋਏ। ਅਸੀਂ ਕਿਹਾ ਸੀ ਸਾਨੂੰ ਵੀ ਬਿਠਾ ਲਓ, ਕਹਿੰਦੇ ਪੀੜੀਆਂ ਤੋੜਨੀਆਂ, ਬਿਠਾਇਆ ਨਹੀਂ, ਫਿਰ ਸਾਈਡ 'ਤੇ ਬਹਿ ਕੇ ਹੀ ਵੇਖਣਾ ਪਿਆ। ਉਸ ਤੋਂ ਬਾਅਦ ਮੇਰਾ ਵੀ ਡਾਂਸ ਕਰਨ ਦਾ ਮਨ ਕੀਤਾ, ਫਿਰ ਅਸੀਂ ਉੱਥੇ ਭੰਗੜਾ ਸ਼ੋਅ ਕੀਤਾ, ਸਾਰੀ ਜਨਤਾ ਨੂੰ ਬੜਾ ਵਧੀਆ ਲੱਗਿਆ, ਥੱਪ ਵੀ ਪਾਈ। ਦੇਖੋ ਪੰਜਾਬੀਆਂ ਦਾ ਭੰਗੜਾ ਉਹਨਾਂ ਨੇ ਵੀ ਨਾਲ ਇੰਜੋਏ ਕੀਤਾ। ਮੌਸਮ ਦਾ ਕਾਫੀ ਫਰਕ ਸੀ ਪੰਜਾਬ ਨਾਲੋਂ, ਪੰਜਾਬ 'ਚ ਧੁੰਦ ਪੈ ਰਹੀ ਸੀ ਅਤੇ ਸਾਨੂੰ ਗਰਮੀ ਲੱਗ ਰਹੀ ਸੀ ਇੱਥੇ। ਕੰਬਾਈਨ ਭੰਗੜਾ ਡਾਂਸ, ਉਸ ਤੋਂ ਬਾਅਦ ਫਿਰ ਭੰਗੜਾ ਕਰਨ ਤੋਂ ਬਾਅਦ ਬੀਬੀਆਂ ਨੇ ਸਾਡੀ ਜਿਹੜੀਆਂ ਮੈਡਮਾਂ ਨਾਲ, ਉਹ ਕਹਿੰਦੇ ਅਸੀਂ ਤਾਪ ਕਰਨਾ, ਤਾਂ ਉਹਨਾਂ ਨੇ ਰਾਜਸਥਾਨੀ ਪਤਾ ਨਹੀਂ ਗੁਜਰਾਤੀ ਪਤਾ ਨਹੀਂ ਕਿਹੜਾ ਡਾਂਸ ਕੀਤਾ, ਵੈਰੀ ਗੁੱਡ, ਬਟ ਸਟਾਈਲ ਪੰਜਾਬੀ ਰਿਹਾ। ਉਹਨਾਂ ਨੂੰ ਵੀ ਨਹੀਂ ਸਮਝ ਆਉਂਦੀ ਸੀ ਅਸੀਂ ਕੀ ਕਰੀਏ, ਹੁਣ ਮਿਕਸ ਜਿਹਾ ਡਾਂਸ ਕੀਤਾ ਫਿਰ ਉਹਨਾਂ ਨੇ। ਉਹ ਬੰਦੇ ਆਹ ਸਾਈਡ ਦਾ ਵਿਊ ਹੈ, ਵੈਰੀ ਗੁੱਡ। ਭੰਗੜਾ ਫਿਰ ਉਸ ਤੋਂ ਬਾਅਦ ਕੈਂਡੀ, ਸ਼ੂਗਰ ਕੈਂਡੀ ਖਾਣ ਦਾ ਮਨ ਕੀਤਾ ਬੱਚਿਆਂ ਦਾ, ਪਰ ਉਹਨੇ ਸਾਹਮਣੇ ਬਣਾ ਕੇ ਵੀ ਦਿਖਾਈ ਕਿਵੇਂ ਬਣਾਈ ਦੀ ਆ, ਦੇਖੋ ਕਿਵੇਂ ਅੱਖਾਂ ਕੱਢ ਕੇ ਦੇਖਦੇ ਹੋਏ ਸਾਰੇ। ਅਤੇ ਵੇਟ ਨਹੀਂ ਹੋ ਰਹੀ ਸੀ, ਛੇਤੀ ਛੇਤੀ ਕੈਂਡੀ ਕੱਢੋ ਬਾਹਰ। ਉਹ ਦੇਖੋ ਕੋਮਰ ਬੇਟਾ, ਹਰਗੁਣ ਬੇਟਾ, ਨਿਮਰਤ ਬੇਟੀ, ਉਹ ਸ਼ੁਰੂ ਹੋ ਗਈ ਸ਼ੂਗਰ ਕੈਂਡੀ ਯੇ। ਉਸ ਤੋਂ ਬਾਅਦ ਫਿਰ ਜਾਦੂ ਦਾ ਸ਼ੋਅ ਦੇਖਿਆ, ਬਹੁਤ ਵਧੀਆ ਜਾਦੂ ਸੀ ਇਹ ਤਾਂ, ਕੋਇਨ ਬੜੇ ਕੱਢਦਾ ਸੀ, ਇੱਕ ਕੋਇਨ ਤੋਂ 10 ਕੋਇਨ ਬਣਾ ਦਿੰਦਾ, ਬਹੁਤ ਵਧੀਆ ਸੀ ਇਹ ਵੀ ਸ਼ੋਅ। ਉਸ ਤੋਂ ਬਾਅਦ ਕਸ਼ਮੀਰੀ ਡਾਂਸ, ਪੰਨਾ ਕੀ ਤਮੰਨਾ ਹੈ ਕਿ ਹੀਰਾ ਮੁਝੇ ਮਿਲ ਜਾਏ, ਚਾਹੇ ਮੇਰੀ ਜਾਨ ਜਾਏ, ਚਾਹੇ ਮੇਰਾ ਪਤਾ ਨਹੀਂ ਦਿਲ ਜਾਏ, ਵਧੀਆ ਸੀ ਡਾਂਸ ਇਹ ਵੀ। ਉਸ ਤੋਂ ਬਾਅਦ ਕੁਛ ਰੈਂਡਮ ਕਲਿਕਸ, ਕਿਉਂਕਿ ਥੋੜ੍ਹੀ ਤਬੀਅਤ ਖਰਾਬ ਸੀ ਤਾਂ ਵੀਡੀਓ ਜ਼ਿਆਦਾ ਵਲੋਗ ਵਾਸਤੇ ਕਲੈਕਟ ਨਹੀਂ ਕੀਤੀ ਗਈ, ਤਾਂ ਇਹ ਸਾਡੇ ਰੈਂਡਮ ਕਲਿਕਸ ਹੈ ਜਾਣ ਦੇ। ਉੱਥੇ ਤੋਪ ਦੇਖੋ ਕਿੱਡੀ ਵੱਡੀ ਪਿੱਛੇ, ਹਾਥੀਆਂ ਨਾਲ ਸਾਈਡ 'ਤੇ ਕਰਦੇ ਸੀ ਕਿਲੇ ਦੇ ਵਿੱਚ। ਓਕੇ, ਦਿਸ ਵਾਜ਼ ਆਲ ਅਬਾਊਟ ਦਾ ਸੈਕਿੰਡ ਡੇ, ਤਾਂ ਨੈਕਸਟ ਵਲੋਗ ਤੀਸਰੇ ਵਿੱਚ, ਲਾਸਟ ਵਲੋਗ ਥਰਡ ਡੇ ਦਾ ਵਲੋਗ ਲੈ ਕੇ ਜਲਦੀ ਮਿਲਦੇ ਹਾਂ। ਓਕੇ, ਗੁੱਡ ਬਾਏ, ਇੰਜੋਏ।